सब्सक्राइब करें नेशनल बस और साथ ही दबाएं बेल आइकन। छोटे भरा नूं लै के जिहड़े सवाल चुके जा रहे सन उन्हां नूं लै के एक वड्डा मामला जिहड़ा है वो सामने आया कि मापिआं नूं वड्डी राहत है जिहड़ी है उह मिल सकदी है। मरहूम पंजाबी गायक सिद्धू मूसेवाले दी माता चरण कौर ने 17 मार्च नूं IVF तकनीक दे राही बच्चे नूं जन्म दित्ता सी ते हुण केंद्रीय सेहत मंत्री ते पंजाब सरकार नूं पत्र लिख के संबंधी रिपोर्ट मंगी है। पत्र दे विच सिस्टम रिप्रोडक्टिव टेक्नोलॉजी एक्ट 2021 दा हवाला दिता गया है। दस्या जांदा है कि इन विचो फर्टिलाइजेशन यानी कि IVF तकनीक राही बच्चा पैदा करन दे लई 21 तों 50 साल दे विचकार होनी चाहीदी है उम्र ते पर सिद्धू दी माता चरण कौर दी जिहड़ी उम्र है उह 58 साल दी जिहड़ी है उह दसी जा रही है। इस तकनीक राही उह गर्भवती होए अते बच्चे नूं जन्म दिता गया ते केंद्र ने इस नियम दी ਉਲੰਘਣਾ ਕਰਦੇ ਉੱਤੇ ਜਾਂਚ ਦੇ ਉੱਤੇ ਕਾਰਵਾਈ ਦੇ ਜਿਹੜੇ ਹੁਕਮ ਦਿੱਤੇ ਨੇ ਇਸ ਵਿਚਾਲੇ ਸੁਪਰੀਮ ਕੋਰਟ ਜਿਹੜੇ ਨੇ ਉਹਨਾਂ ਦੇ ਸੀਨੀਅਰ ਵਕੀਲ SH ਫੁਲਕਾ ਨੇ ਵੱਡਾ ਖੁਲਾਸਾ ਕੀਤਾ। ਫੁਲਕਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ 2021 ਦੇ ਵਿੱਚ ਸਿਸਟਮ ਰਿਪ੍ਰੋਡਕਟਿਵ ਟੈਕਨੋਲੋਜੀ ਐਕਟ ਬਣਾਇਆ ਸੀ ਅਤੇ ਪੇਰੈਂਟ ਦੇ ਲਾਗੂ ਨਹੀਂ ਹੁੰਦਾ। ਜੀ ਹਾਂ, ਇਹ ਜਿਹੜਾ ਐਕਟ ਹੈ ਉਹ ਪੇਰੈਂਟਸ 'ਤੇ ਲਾਗੂ ਨਹੀਂ ਕੀਤਾ ਜਾਂਦਾ। ਜਦਕਿ ਸੀਨੀਅਰ ਵਕੀਲ ਫੁਲਕਾ ਦਾ ਇਹ ਕਹਿਣਾ ਹੈ ਕਿ ਕਾਨੂੰਨ ਸਿਰਫ ਕਲੀਨਿਕ ਦੇ ਉੱਤੇ ਹੀ ਲਾਗੂ ਕੀਤਾ ਜਾਂਦਾ ਅਤੇ ਜੋ ਕਲੀਨਿਕ ਹੈਗਾ ਉਹ 21 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਤੋਂ ਵੱਧ ਔਰਤਾਂ ਨੂੰ IVF ਤਕਨੀਕ ਰਾਹੀਂ ਦੇ ਸਕਦਾ ਹੈ। ਅਤੇ ਇਸ ਗੱਲ ਨੂੰ ਸਾਫ਼ ਕਰਦੇ ਹੋਏ ਫੁਲਕਾ ਨੇ ਕਿਹਾ ਕਿ ਇਹ ਐਕਟ ਪਰਿਵਾਰਾਂ ਦੇ ਉੱਤੇ ਲਾਗੂ ਨਹੀਂ ਹੁੰਦਾ ਹੈ। ਜੀ ਹਾਂ, ਅਤੇ ਬਿਨਾਂ ਉਂਝ ਯਾਨੀ ਕਿ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਤੰਗ ਨਾ ਕੀਤਾ ਜਾਵੇ, ਇਹ ਗੁਜ਼ਾਰਿਸ਼ ਫੁਲਕਾ ਵਕੀਲ ਵੱਲੋਂ ਕੀਤੀ ਗਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫੁਲਕਾ ਦਾ ਇਹ ਵੀ ਕਹਿਣਾ ਹੈ ਕਿ ਭਾਰਤ ਦੇ ਕਈ ਇਹੋ ਜਿਹੇ ਪੇਰੈਂਟਸ ਨੇ ਜਿਹੜੇ IVF ਤਕਨੀਕ ਨੂੰ ਲੈ ਕੇ ਵਿਦੇਸ਼ ਜਾਂਦੇ ਨੇ ਅਤੇ ਆਪਣਾ ਇਲਾਜ ਕਰਵਾਉਂਦੇ ਨੇ, ਲੇਕਿਨ ਇਸ ਤਰ੍ਹਾਂ ਦਾ ਜਿਹੜਾ ਐਕਟ ਹੈ ਉਹ ਸਿਰਫ ਕਲੀਨਿਕ ਦੇ ਉੱਤੇ ਲਾਗੂ ਹੁੰਦਾ ਹੈ, ਨਾ ਕਿ ਕਿਸੇ ਵੀ ਪੇਰੈਂਟਸ ਦੇ ਉੱਤੇ ਲਾਗੂ ਕੀਤਾ ਜਾਂਦਾ ਹੈ। ਸਬਸਕ੍ਰਾਈਬ ਕਰੇ ਨੈਸ਼ਨਲ ਬਸ ਔਰ ਸਾਥ ਹੀ ਦਬਾਏ ਬੈਲ ਆਈਕਨ।